ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗਗਨਦੀਪ ਸਿੰਘ YouTube ਚੈਨਲ ਤੇ ਇੱਕ ਵਾਰੀ ਤੁਹਾਡਾ ਫੇਰ ਸਵਾਗਤ ਹੈ ਅੱਜ ਦਾ ਟਿਊਟੋਰੀਅਲ ਆਪਣਾ ਵਟਾਂ ਵਾਲੀ ਦਸਤਾਰ ਇਸ ਦੇ ਵਿੱਚ ਆਪਾਂ ਬਿਲਕੁਲ ਬਰੀਕ ਵਟ ਪਾਵਾਂਗੇ ਪੇਚਾਂ ਵਾਂਗੂ ਵਟ ਬਣਾਵਾਂਗੇ ਜਿਵੇਂ ਕਿ ਆਪਾਂ ਅੱਗੇ ਫ੍ਰੀ ਸਟਾਈਲ ਦਸਤਾਰ ਬੰਨਦੇ ਆਪਾਂ ਫ੍ਰੀ ਸਟਾਈਲ ਨਹੀਂ ਐ ਤੇ ਪੇਚ ਜਿਵੇਂ ਆਪਾਂ ਪੇਚ ਬਣਾਉਂਦੇ ਇੱਕ ਤੋਂ 2 3 4 ਉਸ ਤਰੀਕੇ ਨਾਲ ਆਪਾਂ ਵਟ ਪਾਵਾਂਗੇ ਦੇਖ ਸਕਦੇ ਹੋ ਪਹਿਲਾ ਲੜ ਆਪਾਂ ਲਾਤਾ ਆ ਆਪਾਂ ਇਸ ਦੇ ਵਿੱਚ ਲਗਭਗ 3 4 ਵਟ ਪਾਏ ਨੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਬਸ ਤੋਂ ਅਨੁਸਾਰੀ ਦਸਤਾਰ ਕਿਸ ਤਰ੍ਹਾਂ ਸਜਾਰੇ ਆਪੇ ਸਮਝ ਆ ਜਾਏਗੀ ਪਹਿਲਾ ਲੜ ਆਪਾਂ ਬੈਕਸਾਈਡ ਤੋਂ ਲਿਆਣਾ ਹੈ ਮੂੰਹ ਦੇ ਵਿੱਚ ਫੜ ਕੇ ਲੜਨੂੰ ਪੂਣੀ ਦਾ ਟਿਊਟੋਰੀਅਲ ਆਪਣਾ YouTube ਚੈਨਲ ਤੇ ਹੈਗਾ ਵਿਜ਼ਿਟ ਕਰਕੇ ਵੇਖੋ ਕੋਸ਼ਿਸ਼ ਕਰਾਂਗੇ ਕਿ ਇੱਕ ਹੋਰ ਟਿਊਟੋਰੀਅਲ ਅਪਲੋਡ ਕਰੀਏ ਪੂਣੀ ਦਾ ਪਹਿਲਾਂ ਵੀ ਇੱਕ ਅਪਲੋਡ ਹੈਗਾ ਉਹ ਜਾ ਕੇ ਤੁਸੀਂ ਵੇਖ ਸਕਦੇ ਹੋ ਉਸ ਦੇ ਵਿੱਚ ਫੁੱਲ ਐਕਸਪਲੇਨ ਕੀਤਾ ਪੂਣੀ ਕਿਸ ਤਰੀਕੇ ਨਾਲ ਕਰਨੀ ਹੈ ਆਪਣਾ ਪਹਿਲਾ ਲੜ ਲੱਗ ਚੁੱਕਿਆ ਹੈ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਨੈਕਸਟ ਲੜ ਆਪਾਂ ਬੈਕਸਾਈਡ ਤੇ ਜਿਹੜਾ ਪਹਿਲਾ ਲੜ ਲਗਾਇਆ ਸੀ ਬਿਲਕੁਲ ਉਸ ਦੇ ਨਾਲ ਰੱਖਣਾ ਹੈ ਬਿਲਕੁਲ ਸਾਫ਼ ਕਰਕੇ ਆਪਾਂ ਬਿਲਕੁਲ ਸਫਾਈ ਦਾ ਧਿਆਨ ਰੱਖ ਕੇ ਦਸਤਾਰ ਨੂੰ ਜਿਹੜਾ ਆਪਾਂ ਸਜਾਉਣਾ ਫਰੰਟ ਸਾਈਡ ਤੇ ਆਪਾਂ ਲਿਆ ਕੇ ਲੜ ਨੂੰ ਖੋਲਣਾ ਜਿੰਨੀ ਚੌੜੀ ਆਪਾਂ ਪੂਣੀ ਕੀਤੀ ਆ ਆਪਣੀ ਲਗਭਗ ਇੱਕ ਗਿੱਠ ਦੀ ਪੂਣੀ ਚੌੜੀ ਹੁੰਦੀ ਆ ਮੇਰੀ ਦਸਤਾਰ ਦੀ ਜਿਹੜੀ ਮੈਂ ਪੂਣੀ ਦੀ ਚੜਾਈ ਰੱਖਦਾ ਉਹ ਇੱਕ ਗਿੱਠ ਹੁੰਦੀ ਆ ਮੇਰੇ ਹੱਥ ਦੀ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਤੁਸੀਂ ਕੰਟਰੋਲ ਕਰ ਸਕਦੇ ਹੋ ਓਨੀ ਪੂਣੀ ਚੌੜੀ ਕਰ ਸਕਦੇ ਹੋ ਦੇਖ ਰਹੇ ਹੋ ਫਰੰਟ ਸਾਈਡ ਤੇ ਲਿਆ ਕੇ ਬਿਲਕੁਲ ਨੱਕ ਦੀ ਸੀ ਤਾਂ ਥੋੜਾ ਜਿਹਾ ਹਲਕਾ ਜਿਹਾ ਆਪਣੇ ਲੈਫਟ ਸਾਈਡ ਤੇ ਆਪਾਂ ਜਿਹੜਾ ਲੜ ਨੂੰ ਲਗਾਉਣਾ ਹੈ ਅੱਖ ਜਿੱਥੋਂ ਆਪਣੀ ਸਟਾਰਟ ਹੁੰਦੀ ਹੈ ਉਸ ਦੇ ਬਿਲਕੁਲ ਸਹੀ ਦੇ ਵਿੱਚ ਆਪਾਂ ਲੜ ਲਗਾਉਣੇ ਨੇ ਸਾਰੇ ਕਿਉਂਕਿ ਦਸਤਾਰ ਸਜਾਉਂਦੇ ਸਜਾਉਂਦੇ ਹਲਕੇ ਹਲਕੀ ਦਸਤਾਰ ਘੁੰਮਦੀ ਆ ਉਹ ਜਦ ਤੱਕ ਆਪਾਂ ਦਸਤਾਰ ਕੰਪਲੀਟ ਕਰਦੇ ਹਾਂ ਤਾਂ ਨੱਕ ਦੀ ਸੀਧੇ ਵਿੱਚ ਆਪਣੇ ਆਪ ਆਟੋਮੈਟਿਕਲੀ ਨੱਕ ਦੀ ਸੀਧੇ ਵਿੱਚ ਆ ਜਾਂਦੀ ਹੈ ਇਸ ਲਈ ਹਲਕਾ ਜਿਹਾ ਆਪਾਂ ਲੈਫਟ ਸਾਈਡ ਨੂੰ ਰੱਖਾਂਗੇ ਦਸਤਾਰ ਤਾਂ ਕਿ ਆਪਾਂ ਜਦੋਂ ਰਾਈਟ ਸਾਈਡ ਨੂੰ ਜ਼ੋਰ ਮਾਰਦੇ ਹਾਂ ਦਸਤਾਰ ਨੱਕ ਦੀ ਸੀਧੇ ਵਿੱਚ ਆ ਜਾਵੇ ਬਾਜ ਨਾਲ ਜਿਹੜਾ ਆਪਾਂ ਸੈਂਟਰ ਪੁਆਇੰਟ ਆ ਉਹ ਬਿਲਕੁਲ ਪ੍ਰੋਪਰ ਇੱਕ ਜਗ੍ਹਾ ਤੇ ਰੱਖਣਾ ਹੈ ਬਿਲਕੁਲ ਸਫਾਈ ਦੇ ਵਿੱਚ ਜਿਹੜਾ ਆਪਣਾ ਸੈਂਟਰ ਪੁਆਇੰਟ ਹੋਵੇਗਾ ਜਿਹੜਾ ਆਪਣਾ ਦੂਜਾ ਲੜਾ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਆਪਾਂ ਲਗਾ ਰਹੇ ਹਾਂ ਇਹ ਪਹਿਲਾਂ ਲੜ ਬਣਾ ਲੈਨੇ ਨੇ ਫਿਰ ਇਕੱਠੇ ਕਰਕੇ ਰੱਖ ਦੇਨੇ ਨੇ ਜਦੋਂ ਲਗਾਉਣਾ ਹੈ ਉਹਨਾਂ ਨੂੰ ਫਿਰ ਹਲਕੇ-ਹਲਕੇ ਖੋਲੀ ਜਾਣਾ ਉਹਨਾਂ ਨੂੰ ਵਿੱਚੋਂ ਦੀ ਜਿਹੜੇ ਦਸਤਾਰ ਦੇ ਅੰਦਰ ਲੜ ਵੜ ਗਏ ਨੇ ਪੁਣੀ ਦੇ ਉਹਨਾਂ ਨੂੰ ਬਾਹਰ ਕੱਢਣਾ ਹੈ ਹਲਕੇ-ਹਲਕੇ ਹੱਥਾਂ ਨਾਲ ਪਿੰਚ ਕਰ ਕਰਕੇ ਵਟ ਪਾਉਣੇ ਨੇ ਆਪਣੇ ਦੋ ਲੜ ਲੱਗ ਚੁੱਕੇ ਨੇ ਹੁਣ ਆਪਾਂ ਲਗਾਵਾਂਗੇ ਨੈਕਸਟ ਤੀਜਾ ਲੜ ਚੰਗੀ ਤਰ੍ਹਾਂ ਪਿੰਚ ਕਰ ਕਰਕੇ ਆਪਾਂ ਵੱਟ ਪੂਰੇ ਬਰੀਕ ਕਰ ਲੈਣੇ ਨੇ ਜਿੰਨੇ ਬਰੀਕ ਹੋ ਸਕਣ ਬਾਅਦ ਨਾਲ ਸੈਂਟਰ ਪੁਆਇੰਟ ਦੇਖ ਸਕਦੇ ਹੋ ਕਿੰਨਾ ਸੋਹਣਾ ਸੈਂਟਰ ਪੁਆਇੰਟ ਇੱਕ ਜਗ੍ਹਾ ਤੇ ਵੰਟ ਰਿਹਾ ਸਾਰੇ ਲੜ ਮੇ ਜਿੰਨੇ ਵੀ ਲੜ ਲਗਾਉਣੇ ਨੇ 6 ਲੜ ਲੱਗਣਗੇ 6 ਦੇ 6 ਲੜ ਮੇਰੇ ਇੱਕ ਜਗ੍ਹਾ ਤੇ ਹੀ ਹੋਣਗੇ ਤੇ ਦਸਤਾਰ ਜਦੋਂ ਕੰਪਲੀਟ ਹੋ ਜਾਏਗੀ ਹਲਕੀ ਜੀ ਇਸ ਸਟੈਪਸ ਆਪਣੀ ਜਿਹੜੀ ਦਸਤਾਰ ਆ ਉਹ ਲੈਫਟ ਸਾਈਡ ਨੂੰ ਮਟੇ ਢੀ ਜਦੋਂ ਮੈਂ ਦਸਤਾਰ ਕੰਪਲੀਟ ਕਰਕੇ ਹਟਾਂਗਾ ਇਸ ਨੂੰ ਬਿਲਕੁਲ ਸੈਂਟਰ ਦੇ ਵਿੱਚ ਕਰਾਂਗਾ ਜਿੰਨੀ ਆਪਣੀ ਬਾਡੀ ਪੂਣੀ ਚੌੜੀ ਸੀ ਕੀ ਖੋਲ ਲੈਣੀ ਹੈ 1 2 1 ਜਿਹੜਾ ਆਪਣਾ ਕੱਪੜਾ ਫੜਨਾ ਬਿਲਕੁਲ ਸਿੰਗਲ ਫੜਨਾ ਉੱਪਰਲੀ ਲੇਅਰ ਫੜਨੀ ਹੈ 3 4 5 6 7 ਇਹ 8 ਤੇ ਆ ਇੱਕ 9 ਨੌ ਲੜਾ ਆਪਾਂ ਇੱਕ ਲੜ ਦੇ ਵਿੱਚੋਂ ਬਣਾਏ ਨੇ ਹੁਣ ਇਹਨਾਂ ਨੂੰ ਬਿਲਕੁਲ ਚੰਗੀ ਤਰ੍ਹਾਂ ਸੈਂਟਰ ਤੇ ਲਗਾ ਕੇ ਆਪਾਂ ਲੜਾ ਨੂੰ ਖੋਲ ਦੇਣਾ ਹੈ। ਜਿਹੜੇ ਲੜ ਆਪਣੇ ਵਿਚਲੀ ਸਾਈਡ ਵੜ ਗਏ ਨੇ ਹੁਣ ਬਾਹਰ ਕੱਢਣੇ ਆ। ਥੋੜੇ ਜਿਹਾ ਲਗਾਣ ਲੱਗੇ ਆਪਣਾ ਲੜ ਖਰਾਬ ਹੋਏਗਾ ਉਸ ਨੂੰ ਆਪਾਂ ਇੱਕ ਵਾਰੀ ਲਗਾ ਦੇਣਾ ਬਾਅਦ ਵਿੱਚ ਬਾਜ਼ ਦੀ ਮਦਦ ਨਾਲ ਆਪਾਂ ਜਿਹੜਾ ਲੜਾ ਨੂੰ ਸੈੱਟ ਕਰਾਂਗੇ ਐਂਡ ਦੇ ਵਿੱਚ ਆਪਾਂ ਇਸ ਦੇ ਸਟਾਰ ਦੇ ਵਿੱਚ ਪਿੰਨ ਨਾਲ ਵੱਟ ਪਾ ਕੇ ਵਿਖਾਵਾਂਗੇ। ਜਿਹੜੇ ਆਪਾਂ ਲੜ ਲਗਾ ਰਹੇ ਹਾਂ ਇਹਨਾਂ ਨੂੰ ਹੋਰ ਬਰੀਕ ਕਰਾਂਗੇ ਪਿੰਨ ਦੇ ਨਾਲ ਤੇ ਆਪਣੀ ਪਿੰਨ ਜਦੋਂ ਆਪਾਂ ਮਾਰਾਂਗੇ ਉਸ ਦੇ ਨਾਲ ਆਪਣੀ ਲੜਾਂ ਦੀ ਜਿਹੜੀ ਸ਼ੇਪ ਆ ਬਿਲਕੁਲ ਸੈੱਟ ਹੋ ਜਾਏਗੀ ਤੇ ਲੜ ਬਿਲਕੁਲ ਬਰੀਕ ਹੋ ਜਾਣਗੇ ਹੁਣ ਦੇਖਣ ਨੂੰ ਤੁਸੀਂ ਸੈਂਟਰ ਖਰਾਬ ਹੈ ਆਪਣਾ ਜਿਹੜਾ ਸੈਂਟਰ ਪੁਆਇੰਟ ਆ ਕਿਵੇਂ ਕਿਸ ਤਰੀਕੇ ਨਾਲ ਸੈੱਟ ਕਰਨਾ ਹੈ ਬਾਜ ਨਾਲ ਹਲਕਾ ਹਲਕਾ ਲੜਾਂ ਨੂੰ ਉੱਪਰ ਨੂੰ ਚੱਕਿਆ ਹੌਲੀ ਹੌਲੀ ਕਾਲੀ ਨਹੀਂ ਕਰਨੀ ਹੈਗੀ ਆਪਾਂ ਆਰਾਮ ਨਾਲ ਦਸਤਾਰ ਨੂੰ ਸਜਾਉਣਾ ਜਿੰਨੇ ਥਿੰਨਾ ਟਾਈਮ ਤੁਸੀਂ ਸਪੈਂਡ ਕਰ ਸਕਦੇ ਹੋ ਦਸਤਾਰ ਸਜਾਉਣ ਦੀ ਓਨੀ ਤੁਹਾਡੀ ਦਸਤਾਰ ਦੇ ਵਿੱਚ ਸਫਾਈ ਆਗੀ ਓਨੀ ਤੁਹਾਡੀ ਦਸਤਾਰ ਬੰਨੀ ਸੋਹਣੀ ਲੱਗੇਗੀ ਦਸਤਾਰ ਦੀ ਜਿਹੜੀ ਮੈਂ ਟਿਊਟੋਰੀਅਲ ਆ ਥੋੜਾ ਤੇਜ਼ ਸਪੀਡ ਕੀਤੀ ਹੋਈ ਹੈ ਕਿਉਂਕਿ ਦਸਤਾਰ ਦੀ ਲੈਂਥ ਸੀਗੀ ਜਿਹੜੀ ਵੀਡੀਓ ਦੀ ਲੈਂਥ ਉਹ ਲੰਬੀ ਹੋ ਗਈ ਸੀ ਇਸ ਕਰਕੇ ਮੈਂ ਥੋੜੀ ਜਿਹੀ ਵਿੱਚ ਵਿੱਚ ਜਿੱਥੇ ਸਫਾਈ ਕਰ ਰਿਹਾ ਜਾਂ ਜਿੱਥੇ ਵਟਾਂ ਨੂੰ ਸੈੱਟ ਕਰ ਰਿਹਾ ਉੱਥੋਂ ਮੈਂ ਹਲਕੇ ਹਲਕੇ ਫਾਸਟ ਫੋਰਵਰਡ ਕਰਤੀਆ ਪਰ ਤੁਹਾਨੂੰ ਵੀਡੀਓ ਵੇਖਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਜਿਹੜਾ ਆਪਣਾ ਹੁਣ ਆਪਣਾ ਬੈਕ ਹਾਰਡ ਤੋਂ ਤੀਜਾ ਤੇ ਫਰੰਟ ਸਾਈਡ ਤੋਂ ਚੌਥਾ ਲੜ ਲਗਾਣ ਲੱਗੇ ਆਪਾਂ ਉਸੇ ਤਰੀਕੇ ਨਾਲ ਖੋਲ ਲੈਣਾ ਲੜ ਜਿਵੇਂ ਕੀ ਤਰ੍ਹਾਂ ਖੋਲਿਆ फ्रंट साइड ते साफ ਕੀਤਾ ਹੁਣ ਆਪਾਂ ਬਣਾਉਣੇ ਸ਼ੁਰੂ ਕਰਨੇ ਨੇ ਲੜ ਇੱਕ ਪਿੰਚ ਦੂਜਾ ਤੀਜਾ ਚੌਥਾ ਪੰਜਵਾਂ 6 7 8 8 ਇਸ ਦੇ ਵਿੱਚ ਆਪਾਂ 8 ਲੜ ਬਣਾਏ ਨੇ ਦੇਖ ਰਹੇ ਹੋ ਫਰੰਟ ਸਾਈਡ ਤੋਂ ਸਾਫ ਤੇ ਚੰਗੇ ਤਰ੍ਹਾਂ ਲੜਾਂ ਨੂੰ ਕੱਲੇ ਕੱਲੇ ਕਰ ਲੈਣਾ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਆਪਾਂ ਲੜ ਲਗਾ ਰਹੇ ਹਾਂ ਬਿਲਕੁਲ ਚੰਗੀ ਤਰ੍ਹਾਂ ਖੋਲ ਲੈਣਾ ਲੜਾਂ ਨੂੰ ਉੱਪਰ نیچے ਸੈੱਟ ਕਰ ਲੈਣਾ ਵਟਾਂ ਨੂੰ ਲੜ ਦੇ ਵਿਚਾਲਿਓਂ ਕੱਢ ਕੇ ਖੋਲ ਕੇ ਲੜ ਨੂੰ ਆਪਾਂ ਲਗਾ ਦੇਣਾ ਤੇ ਬਾਅਦ ਨਾਲ ਹਲਕਾ ਹਲਕਾ ਲੜਾਂ ਨੂੰ ਦਬ ਦੇਣਾ ਬਰੀਕ ਕਰ ਦੇਣਾ ਜਦੋਂ ਆਪਾਂ ਬਾਜ ਮਾਰਦੇ ਆ ਜਾਂ ਫਿਰ ਪਿੰਨ ਮਾਰਦੇ ਜਿਹੜੇ ਆਪਣੇ ਢਿੱਲੇ ਲੜ ਹੁੰਦੇ ਨੇ ਉਹ ਟਾਈਟ ਹੋ ਜਾਂਦੇ ਨੇ ਇਸ ਲਈ ਆਪਾਂ ਬਾਜ ਉੱਪਰ ਹਲਕਾ ਹਲਕਾ ਫੇਰ ਦਿੰਨੇ ਆ ਇਹ ਲੱਗ ਗਿਆ ਆਪਣਾ ਚੌਥਾ ਲੜ ਦਸਤਾਰ ਦੀ ਸ਼ੇਪ ਦੇਖ ਰਹੇ ਹੋ ਤੁਸੀਂ ਕਿੰਨੀ ਪਿਆਰੀ ਸ਼ੇਪ ਜਾਰੀ ਆ ਬਿਲਕੁਲ ਸਿੱਧੀ ਪ੍ਰੋਪਰ ਗੋਲ ਸ਼ੇਪ ਵੱਟ ਜਿੱਥੋਂ ਖਰਾਬ ਨੇ ਜਾਂ ਘਟ ਨੇ ਉੱਤੇ ਪਿੰਚ ਕਰ ਕਰਕੇ ਪਾਵਾਂਗੇ ਤਿਆਨ ਆ ਵੀਖੋ ਵੀਡੀਓ ਨੂੰ ਕਿਸ ਤਰੀਕੇ ਨਾਲ ਆਪਾਂ ਹੁਣ ਲੜ ਤੁਹਾਨੂੰ ਇਸ ਲੜ ਦੇ ਵਿੱਚ ਬਿਲਕੁਲ ਪ੍ਰੋਪਰ ਦੇਖਣ ਨੂੰ ਮਿਲੂਗਾ ਕਿ ਆਪਾਂ ਕਿਸ ਤਰੀਕੇ ਨਾਲ ਜੇ ਕਿਤੇ ਲੜ ਨਾ ਹੋਣ ਵਟਨਾ ਕ੍ਰੀਏਟ ਹੋ ਰਹੇ ਹੋਣ ਉਸ ਜਗ੍ਹਾ ਤੇ ਆਪਾਂ ਕਿਸ ਤਰੀਕੇ ਨਾਲ ਵਟ ਖੋਲ ਪਾ ਸਕਦੇ ਆ ਆਪਾਂ ਹਲਕਾ ਜਿਹੜੇ ਲੜ ਢਿੱਲੇ ਨੇ ਉਹਨਾਂ ਨੂੰ ਖੋਲ ਦੇਣਾ ਫਿਰ ਉਹਨਾਂ ਦੇ ਵਿੱਚੋਂ ਦੀ ਆਪਾਂ ਐਕਸਟਰਾ ਕੱਪੜਾ ਕੱਢ ਲੈਣਾ ਉਹਦੇ ਨਾਲ ਆਪਾਂ ਲੜ ਹੋਰ ਬਣਾ ਸਕਦੇ ਆ ਪਰਲੀ ਸਾਈਡ ਤੋਂ ਵੀ ਆਪਾਂ ਧਿਆਨ ਰੱਖਣਾ ਕਿ ਆਪਣੀ ਦਸਤਾਰ ਬਿਲਕੁਲ ਪਲੇਨ ਰਵੇ ਉੱਪਰ-ਨੀਚੇ ਨਾ ਹੋ ਪਾਵੇ ਕਿਸੇ ਜਗ੍ਹਾ ਤੇ ਕਪੜਾ ਘੱਟ ਵੱਧ ਨਾ ਰਵੇ ਗੱਠ ਜਿਹੜੀ ਆਪਾਂ ਖੋਲ ਲੈਣੀ ਆ ਫੇਰ ਆਪਾਂ ਪੰਜਵਾਂ ਲੜ ਲਗਾਉਣ ਲੱਗੇ ਆ ਹਣ ਪੂਣੀ ਜੱਟ ਕੀਤੀ ਪਹਿਲਾਂ ਫੇਰ ਆਪਾਂ ਲਗਾਉਣਾ ਹੈ ਪੰਜਵਾਂ ਲੜ ਬੈਕ ਸਾਈਡ ਤੋਂ ਚੌਥਾ ਫਰੰਟ ਸਾਈਡ ਤੋਂ ਪੰਜਵਾਂ ਲੜ ਨੂੰ ਖੋਲਿਆ ਬਿਲਕੁਲ ਜਿੰਨਾ ਖੋਲ ਸਕਦੇ ਤੁਸੀਂ ਖੋਲ ਲੈਣਾ ਲੜ ਨੂੰ ਜਿੰਨਾ ਤੁਸੀਂ ਕੰਟਰੋਲ ਕਰ ਸਕੋ ਉਨਾਂ ਹੀ ਲੜ ਨੂੰ ਖੋਲਿਓ ਵੱਧ ਨਹੀਂ ਖੋਲਣਾ ਹੈਗਾ ਵੱਧ ਖੋਲਣ ਦਾ ਇੰਨਾ ਕੁ ਫਾਇਦਾ ਹੈ ਕਿ ਆਪਣੇ ਵੱਟ ਵੱਧ ਪਹਿ ਜਾਣਗੇ ਪਰ ਕਈ ਵਾਰੀ ਕਈ ਵੀਰਾਂ ਤੋਂ ਕੰਟਰੋਲ ਨਹੀਂ ਹੁੰਦਾ ਵੱਧ ਖੋਲਿਆ ਕਪੜਾ ਇਹ ਆਪਣਾ ਪੰਜਵਾਂ ਲੜ 1 2 1 2 3 4 5 6 ਇਹ ਆਪਣੇ ਲਾਗੇ ਨੇ 6 ਲੜ ਇਸ ਲੜ ਦੇ ਵਿੱਚ ਆਪਾਂ 6 ਹੀ ਲੜ ਬਣਾਏ ਨੇ ਪਰ ਇਹਦੇ ਨਾਲ ਵੀ ਆਪਾਂ ਬਿਲਕੁਲ ਓਨੇ ਹੀ ਸੰਗਣੇ ਵਟ ਪਾ ਦਾਂਗੇ ਜਿੰਨੇ ਆਪਾਂ ਥੱਲੇ 8 ਜਾਂ 9 ਲੜਾਂ ਦੇ ਨਾਲ ਪਾਏ ਸੀ ਵਟ ਪਾਉਣ ਦਾ ਬਸ ਤਰੀਕਾ ਹੋਣਾ ਚਾਹੀਦਾ ਤੁਸੀਂ 4 ਲੜਾਂ ਦੇ ਨਾਲ ਵੀ ਓਨੇ ਹੀ ਵਟ ਪਾ ਸਕਦੇ ਹੋ 9 ਦੇ ਨਾਲ ਵੀ ਹੁਣ ਫਰੰਟ ਸਾਈਡ ਤੋਂ ਜਿਹੜੀ ਉੱਤੇ-ਨੀਚੇ ਨੇ ਉਹਨਾਂ ਨੂੰ ਆਪਾਂ ਬਾਜ ਨਾਲ ਸੈੱਟ ਕਰਾਂਗੇ ਵਟ ਕ੍ਰੀਏਟ ਕਰਨੇ ਨੇ ਸੈਂਟਰ ਪੁਆਇੰਟ ਬਿਲਕੁਲ ਸੈੱਟ ਕਰਕੇ ਸਾਈਡ ਤੋਂ ਸ਼ੇਪ ਆਪਾਂ ਨਾਲ ਦੀ ਨਾਲ ਜਰੂਰ ਸੈੱਟ ਕਰਨੀ ਹੈ ਸ਼ੇਪ ਵੱਲ ਬਹੁਤ ਧਿਆਨ ਦੇਣਾ ਜ਼ਰੂਰੀ ਹੈ ਜੇਕਰ ਸ਼ੇਪ ਨਹੀਂ ਸੋਹਣੀ ਦਸਤਾਰ ਦੀ ਤਾਂ ਦਸਤਾਰ ਸਜਾਈ ਸੋਹਣੀ ਨਹੀਂ ਲੱਗੇਗੀ ਜਿੰਨੇ ਮਰਜ਼ੀ ਤੁਸੀਂ ਸਫਾਈ ਨਾਲ ਵੱਟ ਪਾ ਲਓ ਜਿੰਨੇ ਮਰਜ਼ੀ ਤੁਸੀਂ ਲੜ ਬਣਾ ਲਓ ਜਦ ਤੱਕ ਸ਼ੇਪ ਨਹੀਂ ਸੋਹਣੀ ਦਸਤਾਰ ਦੀ ਉਹਨਾਂ ਦਾ ਟਾਈਮ ਗੱਲ ਨਹੀਂ ਬਣਨੀ ਆਹ ਦੇਖ ਸਕਦੇ ਹੋ ਕਿੰਨੇ ਸੋਹਣੇ ਤਰੀਕੇ ਨਾਲ ਮੈਂ ਕਿੰਨੇ ਸੋਹਣੇ ਤਰੀਕੇ ਨਾਲ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੁਸੀਂ ਕਿ ਵਟ ਕਿੱਦਾਂ ਬਣਾਏ ਨੇ ਮੈਂ ਇੱਕ ਵਟ ਦੇ ਵਿੱਚੋਂ ਕਿਵੇਂ ਅੰਦਰੋਂ ਹੋਰ ਵਟ ਕੱਢ ਰਿਹਾ ਜਿਸ ਜਗ੍ਹਾ ਤੇ ਵਟ ਨਹੀਂ ਹੈਗੇ ਕਿਸ ਤਰੀਕੇ ਨਾਲ ਪਾ ਰਹੇ ਇਸ ਦਸਤਾਰ ਦੇ ਵਿੱਚੋਂ ਬਿਲਕੁਲ ਬਰੀਕੀ ਦੇ ਵਿੱਚ ਸਮਝਾ ਰਿਹਾ ਮੈਂ ਬਨਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਦੇਖਣ ਤੇ ਪਤਾ ਲੱਗੇ ਕਿ ਇਸ ਤਰੀਕੇ ਨਾਲ ਵਟ ਪਾਪਾ ਬਰੀਕ ਕਰ ਸਕਦੇ ਹਾਂ ਸੈਂਟਰ ਪੁਆਇੰਟ ਕਿਵੇਂ ਸੈੱਟ ਕਰ ਸਕਦੇ ਹਾਂ ਬਿਲਕੁਲ ਸਲੋ ਸਪੀਡ ਦੇ ਵਿੱਚ ਦਸਤਾਰ ਸਿਜਾਣ ਦੀ ਕੋਸ਼ਿਸ਼ ਕੀਤੀ ਹੈ ਆਪਣਾ ਬਿਲਕੁਲ ਪਰਫੈਕਟ ਛੇਵਾਂ ਲੜਾ ਚੁੱਕਿਆ ਹੁਣ ਆਪਾਂ ਜਿਹੜਾ ਛੇਵਾਂ ਲੜਾ ਉਹਦੇ ਵਿੱਚ ਆਪਾਂ ਵੱਟ ਨਹੀਂ ਪਾਉਣੇ ਬਿਲਕੁਲ ਪਲੇਨ ਲੜ ਲਗਾਵਾਂਗੇ ਇਹ ਆਪਣਾ ਆ ਗਿਆ ਛੇਵਾਂ ਲੜ ਚੰਗੀ ਤਰ੍ਹਾਂ ਸਾਫ਼ ਕਰਕੇ ਲੜ ਨੂੰ ਬਿਲਕੁਲ ਫਰੰਟ ਸਾਈਡ ਦੇ ਨੱਕ ਦੀ ਬਿਲਕੁਲ ਸੀਧੇ ਵਿੱਚ ਇਹਨੂੰ ਆਪਾਂ ਫੋਲਡ ਕਰ ਦੇਣਾ ਤੇ ਬਿਲਕੁਲ ਪਲੇਨ ਲੜ ਲਗਾ ਦੇਣਾ ਚੰਗੀ ਤਰ੍ਹਾਂ ਸਫਾਈ ਕੀਤੀ ਅੱਖ ਤੱਕ ਖੋਲਿਆ ਕਪੜਾ ਸੈੱਟ ਕੀਤਾ ਅੰਦਰੋਂ ਦਸਤਾਰ ਦੇ ਵਿੱਚੋਂ ਤੇ ਤਾਂ ਕਿ ਜਿਹੜਾ ਆਪਾਂ ਲੜ ਲਗਾਈਏ ਬਾਅਦ ਵਿੱਚ ਟੋਆ ਨਾ ਪਵੇ ਇੱਕ ਪਿੰਚ ਕੀਤਾ ਫਿਰ ਲੜ ਨੂੰ ਦੁਬਾਰਾ ਫੇਰ ਸਾਫ਼ ਕਰਕੇ ਇੱਕ ਪਿੰਚ ਤੇ ਆ ਦੂਜਾ ਪਿੰਚ ਦੇਖ ਸਕਦੇ ਹੋ ਬਿਲਕੁਲ ਸਫਾਈ ਦੇ ਵਿੱਚ ਵਟ ਜਿਹੜਾ ਆਪਣਾ ਲੜਾ ਕ੍ਰੀਏਟ ਹੋ ਚੁੱਕਿਆ ਕੋਈ ਵਟ ਨਹੀਂ ਹੈਗਾ ਇਸ ਦੇ ਵਿੱਚ ਬਿਲਕੁਲ ਜਿਹੜਾ ਲਾਸਟ ਵਾਲਾ ਲੜਾ ਆਪਾਂ ਬਿਲਕੁਲ ਪਲੇਨ ਲਗਾਵਾਂਗੇ ਬਿਲਕੁਲ ਸਾਫ਼ ਕਰਕੇ ਲੜ ਜਿਹੜਾ ਆਪਾਂ ਲਗਾ ਦੇਣਾ ਫਰੰਟ ਸਾਈਡ ਤੇ ਲਿਆ ਕੇ ਫਿਰ ਇਸ ਲੜ ਨੂੰ ਆਪਾਂ ਮੂਹ ਦੇ ਵਿੱਚ ਫੜ ਲੈਣਾ ਤੇ ਬਾਅਦ ਦੇ ਵਿੱਚ ਆਪਾਂ ਜਿਹੜਾ ਸੈਂਟਰ ਪੁਆਇੰਟ ਸੈੱਟ ਕਰਾਂਗੇ ਬੈਕ ਸਾਈਡ ਤੇ ਸਿਰ ਕਵਰ ਕਰਾਂਗੇ ਫਿਰ ਬਾਅਦ ਦੇ ਵਿੱਚ ਐਂਡ ਦੇ ਵਿੱਚ ਬ੍ਰੀਕ ਕਰਨ ਤੋਂ ਬਾਅਦ ਵਟਾ ਨੂੰ ਫਿਰ ਆਪਾਂ ਗਲਗੇੜਾ ਲੜ ਲਗਾਉਣਾ ਸਾਰੀ ਦਸਤਾਰ ਸੈੱਟ ਕਰਨੀ ਹੈ ਪਹਿਲਾਂ ਬਾਜ ਨਾਲ ਜਿਹੜਾ ਆਪਾਂ ਪਲਾਸਟ ਲੜ ਲਗਾਇਆ ਉਹਨੂੰ ਹੋਰ ਸਾਫ਼ ਕਰਨਾ ਹਲਕਾ ਹਲਕਾ ਮੋਟਾ ਕਰ ਲੈਣਾ ਸਫਾਈ ਦੇ ਵਿੱਚ ਕਰ ਦੇਣਾ ਉਹਨੂੰ ਉੱਪਰਲੀ ਸਾਈਡ ਤੋਂ ਲੜਾਂ ਨੂੰ ਸਾਫ਼ ਕਰਨਾ ਹੈ ਸਭ ਤੋਂ ਮੇਨ ਜਿਹੜੀ ਚੀਜ਼ ਆਪਾਂ ਸੈਂਟਰ ਪੁਆਇੰਟ ਸੈੱਟ ਕਰਾਂਗੇ ਉਸ ਦੇ ਉੱਤੇ ਬਿਲਕੁਲ ਧਿਆਨ ਰੱਖਿਓ ਦੂਸਰ ਸੈਂਟਰ ਪੁਆਇੰਟ ਸੈੱਟ ਕਰਨਾ ਕਿਸ ਤਰੀਕੇ ਨਾਲ ਕਰਨਾ ਹੈ ਫਿਲਹਾਲ ਮੈਂ ਸ਼ੇਪ ਸੈੱਟ ਕਰਦੇ ਆ ਹੁਣ ਜੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖੋ ਕਿਸ ਤਰੀਕੇ ਨਾਲ ਆਪਾਂ ਸੈੱਟ ਕਰ ਸਕਦੇ ਹਾਂ ਸ਼ੇਪ ਕਿਸ ਤਰੀਕੇ ਨਾਲ ਸਫਾਈ ਕਰ ਸਕਦੇ ਹਾਂ ਬੈਕ ਸਾਈਡ ਵਾਲੇ ਲੜਾਂ ਨੂੰ ਬਾਅਦ ਨਾਲ ਸਾਫ਼ ਕਰਨਾ ਹੈ ਹੁਣ ਆਪਾਂ ਸਿਰ ਵਾਲਾ ਲੜ ਖਿੱਚਣਾ ਤੇ ਇਹਨੂੰ ਸੈਂਟਰ ਪੁਆਇੰਟ ਸੈੱਟ ਕਰ ਲੈਣਾ ਦੇਖ ਸਕਦੇ ਹੋ ਆਪਣੀ ਦਸਤਾਰ ਬਿਲਕੁਲ ਸੈਂਟਰ ਦੇ ਵਿੱਚ ਆ ਗਈ ਤੇ ਜਿਹੜੇ ਲੜ ਢਿੱਲੇ ਹੋਏ ਨੇ ਉਹਨਾਂ ਨੂੰ ਬਾਜ ਦੀ ਮਦਦ ਨਾਲ ਟਾਈਟ ਕਰ ਲੈਣਾ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਸ਼ੇਪ ਕਿਤਾ ਦੇ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜਾ ਆਪਾਂ ਦਸਤਾਰ ਦੇ ਲਈ ਕਪੜਾ ਯੂਜ਼ ਕੀਤਾ ਹੈ ਉਹ ਰੂਬੀ ਆ 8 ਮੀਟਰ ਦੀ ਲੈਂਥ ਆ ਮੇਰੀ ਸਾਰੀਆਂ ਪੱਗਾਂ ਲਗਭਗ ਰੂਬੀਆ ਹੀ ਹੁੰਦੀਆਂ ਨੇ ਤੇ ਲੈਂਥ ਮੇਰੀ ਕਿਸੇ ਵੀ ਦਸਤਾਰ ਦੀ ਮ ਕੋਈ ਵੀ ਦਸਤਾਰ ਸਜਾ ਰਿਆਂ ਉਹ 8 ਮੀਟਰ ਹੁੰਦੀ ਹੈ ਤੇ ਜਿਹੜੇ ਮੈਂ ਪਰਨਿਆਂ ਦੇ ਟਿਊਟੋਰੀਅਲ ਪਾਏ ਨੇ ਉਹ ਉਹਨਾਂ ਦੀ ਲੈਂਥ ਲਗਭਗ 5 ਤੋਂ 5.5 ਮੀਟਰ ਦੀ ਹੈ ਸੇਨ ਸਭ ਦੇ ਵਿੱਚ ਵੱਜੀ ਹੋਈ ਹੈ ਪਰਨੇ ਦੇ ਟਿਊਟੋਰੀਅਲ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਪਰਨਾ ਜਿਹੜਾ ਮੈਂ ਦਸਤਾਰ ਸਜਾਉਣਾ ਆ ਉਹਦੇ ਵਿੱਚ ਵੀ ਸੇਨ ਵੱਜੀ ਹੁੰਦੀ ਹੈ ਪੱਗਾਂ ਦੇ ਵਿੱਚ ਤਾਂ ਸੇਨ ਵੱਜੀ ਹੀ ਹੁੰਦੀ ਹੈ ਪ੍ਰੋਪਰ ਪੱਗ ਤਾਹੀਂ ਬਣੇ ਜਾਂਦੀ ਹੈ ਜੇਕਰ ਤੁਸੀਂ ਦਸਤਾਰ ਦੇ ਵਿੱਚ ਸੀਨ ਮਰਵਾਈ ਹੋਏਗੀ 8 ਮੀਟਰ ਦੀ ਤੁਹਾਡੀ ਲੈਂਥ ਹੁੰਦੀ ਹੈ ਸੀਨ ਮਰਵਾਉਣ ਤੋਂ ਬਾਅਦ ਤੁਹਾਡੀ ਪੱਗ ਜਿਹੜੀ ਉਹ 4 ਮੀਟਰ ਦੀ ਰਹਿ ਜਾਂਦੀ ਹੈ ਤੇ ਸ਼ੇਪ ਲੰਬੀ ਪਹਿਲਾਂ ਲੈਂਥ ਜ਼ਿਆਦਾ ਹੁੰਦੀ ਸੀ ਤੇ ਜਦੋਂ ਆਪਾਂ ਸੀਨ ਮਾਰ ਦਿੰਦੇ ਹਾਂ ਉਹ ਚੜਾਈ 'ਚ ਵੀ ਜ਼ਿਆਦਾ ਹੁੰਦੀ ਹੈ ਚੜਾਈ ਤੇ ਲੈਂਥ ਬਰਾਬਰ ਹੋ ਜਾਂਦੀ ਹੈ ਚੰਗੀ ਤਰ੍ਹਾਂ ਬਿਲਕੁਲ ਸਫਾਈ ਕਰਨੀ ਹੈ ਲੜਾ ਨੂੰ ਹੁਣ ਆਪਾਂ ਜਿਹੜੇ ਨੇ ਵਟ ਪਾਉਣੇ ਨੇ ਪਿੰਨ ਦੀ ਮਦਦ ਨਾਲ ਇਹ ਆਪਾਂ ਲੈ ਲਈਏ ਆ ਪਿੰਨ ਪੱਗ ਪਿੰਨ ਜਿਹੜੀ ਤੁਸੀਂ ਪੱਗ ਦੇ ਵਿੱਚ ਯੂਜ਼ ਕਰਦੇ ਹੋ ਉਸ ਦੇ ਨਾਲ ਆਪਾਂ ਵੱਟ ਪਾ ਰਹੇ ਹਾਂ ਸਿੱਧਾ ਪਾਸਾ ਮਾਰਨਾ ਜਿਹੜੀ ਪਾਸੇ ਤਿੱਖੇ ਵਾਲੀ ਸਾਈਡ ਉਸ ਨੂੰ ਮੈਂ ਯੂਜ਼ ਕਰ ਰਹੇ ਹਾਂ ਕਈਆਂ ਵੀਰਾਂ ਨੂੰ ਲੱਗਦਾ ਪੁੱਠੀ ਪਿੰਨ ਮਾਰਦੇ ਆਪਾਂ ਪੁੱਠੀ ਨਹੀਂ ਆਪਾਂ ਬਿਲਕੁਲ ਸਿੱਧੀ ਪਿੰਨ ਮਾਰ ਰਹੇ ਹਾਂ ਜਿਸ ਪਾਸੇ ਲੜ ਤਿੱਖੇ ਹੁੰਦੇ ਨੇ ਇਸ ਦੇ ਨਾਲ ਆਪਣੀ ਪੱਗ ਨਹੀਂ ਫੱਟਦੀ ਕਈ ਵੀਰਾਂ ਨੂੰ ਇਹ ਵੀ ਡਾਊਟ ਹੁੰਦਾ ਕਿ ਜੇ ਸਿੱਧੀ ਪਿੰਨ ਮਾਰਦੇ ਆ ਤਾਂ ਆਪਣੀ ਪੱਗ ਤਾਂ ਫੱਟਦੀ ਹੀਗੀ ਸਿੱਧੀ ਪਿੰਨ ਮਾਰਦੇ ਤੇ ਪੱਗ ਨਹੀਂ ਫੱਟਦੀ ਤਰੀਕਾ ਹੋਣਾ ਚਾਹੀਦਾ ਸਲਿੱਕੇ ਨਾਲ ਪਿਆਰ ਨਾਲ ਵਟ ਮਾਰਨੇ ਨੇ ਜਿਹੜੇ ਆਪਾਂ ਪਿੰਨ ਯੂਜ਼ ਕਰਨੇ ਆ ਹਲਕੇ ਹਲਕੇ ਹੱਥਾਂ ਨਾਲ ਕਰਨੀਆਂ ਜਿਆਦਾ ਗੱਡ ਕੇ ਵਟ ਨਹੀਂ ਪਾਉਣੇ ਉੱਪਰ ਉੱਪਰ ਫੇਰਨੇ ਆ ਦੇਖ ਸਕਦੇ ਹੋ ਕਿੰਨੇ ਬ੍ਰਿੱਕੀ ਦੇ ਵਿੱਚ ਆਪਣੇ ਵਟ ਬਿਲਕੁਲ ਸੈੱਟ ਹੋ ਗਏ ਨੇ ਸਾਰੇ ਲੜ ਜਿਹੜੇ ਆਪਾਂ ਵਟ ਬਣਾਏ ਨੇ ਇੱਕੋ ਸ਼ੇਪ ਦੇ ਵਿੱਚ ਆ ਰਹੇ ਨੇ ਸੈਂਟਰ ਪੁਆਇੰਟ ਤੇ ਵੀ ਇਸ ਨੂੰ ਆਪਾਂ ਯੂਜ਼ ਕਰਾਂਗੇ ਜਿਹੜਾ ਆਪਣਾ ਸੈਂਟਰ ਆ ਉਹ ਵੀ ਬਰੀਕ ਹੋ ਜਾਏ ਮੀਨ ਕਿ ਸੈੱਟ ਹੋ ਜਾਏ ਬਿਲਕੁਲ ਵਟ ਇੱਕੋ ਜਗ੍ਹਾ ਤੇ ਜਿੰਨੀ ਵਾਰ ਤੁਸੀਂ ਪਿੰਨ ਮਾਰ ਜਾਂਗੇ ਤੁਹਾਡੇ ਵਟ ਔਨ ਨੇ ਬ੍ਰੀਕ ਹੋ ਜਾਣਗੇ ਜਿੱਥੇ ਵਟ ਨਹੀਂ ਹੈਗਾ ਉੱਥੇ ਪਿੰਨ ਮਾਰ ਦਿਓ ਆਪਣੀ ਦਸਤਾਰ ਦੀ ਸ਼ੇਪ ਵੀ ਸਹੀ ਆ ਗਈ ਆ ਤੇ ਵਟ ਵੀ ਬ੍ਰੀਕੀ ਦੇ ਵਿੱਚ ਪੈ ਚੁੱਕੇ ਨੇ ਸੈਂਟਰ ਪੁਆਇੰਟ ਮੇਨ ਫੋਕਸ ਆਪਣਾ ਸੈਂਟਰ ਪੁਆਇੰਟ ਤੇ ਆ ਖਰਾਬ ਨਾ ਹੋਵੇ ਬਾਅਦ ਨਾਲ ਸੈੱਟ ਕਰ ਲੈਣਾ ਲਗਭਗ ਆਪਣੀ ਇੱਕ ਦਸਤਾਰ ਕੰਪਲੀਟ ਹੋ ਚੁੱਕੀ ਹੈ ਬਸ ਹੁਣ ਆਪਣਾ ਲਾਸਟ ਲੜ ਲਗਾਉਣਾ ਆਪਾਂ ਚੰਗੀ ਤਰ੍ਹਾਂ ਖੋਲ ਕੇ ਲੜ ਨੂੰ ਹਾਫ ਉੱਪਰਲੀ ਸਾਈਡ ਤੋਂ ਫੋਲਡ ਹਾਫ ਨੀਚਲੀ ਸਾਈਡ ਤੋਂ ਫੋਲਡ ਤੇ ਚੰਗੀ ਤਰ੍ਹਾਂ ਪਲੇਨ ਕਰਕੇ ਲੜ ਨੂੰ ਲਗਾ ਦੇਣਾ ਹਾਫ ਹਾਫ ਲੜ ਨੂੰ ਫੋਲਡ ਕੀਤਾ ਬੈਕ ਸਾਈਡ ਤੋਂ ਹਲਕਾ ਜਿਹਾ ਸੈੱਟ ਕੀਤਾ ਲੜ ਨੂੰ ਆਪਾਂ ਲਗਾ ਦੇਣਾ ਬਿਲਕੁਲ ਪਲੇਨ ਕਰ ਲੈਣਾ ਨਾਲ ਨੂੰ ਜੇਕਰ ਆਪਾਂ ਫ੍ਰੀ ਸਟਾਈਲ ਦਸਤਾਰ ਤੇ ਜਾ ਰਹੇ ਹਾਂ ਬਟਾਂ ਵਾਲੀ ਉਸ ਦੇ ਵਿੱਚ ਇੰਨਾ ਸਫਾਈ ਦੀ ਕੋਈ ਲੋੜ ਨਹੀਂ ਹੁੰਦੀ ਹੈ ਕਿ ਉਹ ਲਗਭਗ ਤੁਹਾਡੀ 10 ਤੋਂ 12 ਮਿੰਟ ਦੇ ਵਿੱਚ ਦਸਤਾਰ ਸਜਾਈ ਜਾਂਦੀ ਹੈ 10 ਮਿੰਟ ਦੇ ਵਿੱਚ ਜਦੋਂ ਸਫਾਈ ਨਾਲ ਦਸਤਾਰ ਸਜਾਉਣੀ ਹੈ ਫਿਰ ਘੱਟੋ ਘੱਟ 20 ਤੋਂ 25 ਮਿੰਟ ਤਾਂ ਲੱਗਦੇ ਹੀ ਨੇ ਹਲਕਾ ਜਿਹਾ ਆਪਾਂ ਲੜ ਨੂੰ ਟਾਈਟ ਕਰਕੇ ਫਰੰਟ ਸਾਈਡ ਤੇ ਬਿਲਕੁਲ ਨੱਕ ਦੀ ਸੀਧੇ ਵਿੱਚ ਲਿਆ ਕੇ ਟਵਿਸਟ ਕਰ ਦੇਣਾ ਰਾਈਟ ਸਾਈਡ ਟੂ ਲੈਫਟ ਸਾਈਡ ਅੰਦਰਲੀ ਸਾਈਡ ਨੂੰ ਬਿਲਕੁਲ ਨੱਕ ਦੀ ਸੀਧੇ ਵਿੱਚ ਜਦੋਂ ਲੜ ਨੂੰ ਆਪਾਂ ਟਵਿਸਟ ਕਰਤਾ ਤਾਂ ਉਸ ਜਗ੍ਹਾ ਤੇ ਆਪਾਂ ਪਿੰਨ ਲਾਣੀ ਹੈ ਤਾਂ ਕਿ ਲੜ ਚੰਗੀ ਤਰ੍ਹਾਂ ਟਿਕ ਜਵੇ ਖਿੱਚ ਆਪਾਂ ਜਦੋਂ ਲੜ ਨੂੰ ਖਿੱਚੀਏ ਤਾਂ ਉਹ ਖਿਸਕੇ ਨਾ ਪਿੰਨ ਲਗਾ ਦੇਣੀ ਹੈ ਹਲਕੀ ਜਿਹਾ ਆਪਾਂ ਰਾਈਟ ਸਾਈਡ ਨੂੰ ਥੱਲੇ ਵਾਲੀ ਸਾਈਡ ਨੂੰ ਰੈੱਡ ਕਰਕੇ ਪਿੰਨ ਲਗਾਉਣੀ ਹੈ ਤਾਂ ਹੀ ਲੜ ਵਧੀਆ ਪ੍ਰੋਪਰ ਤਰੀਕੇ ਨਾਲ ਅੜਿਆ ਰਹੇਗਾ ਉੱਪਰਲੀ ਸਾਈਡ ਲੈ ਜਾ ਕੇ ਲੜ ਨੂੰ ਖੋਲ ਦੇਣਾ V ਸ਼ੇਪ ਬਣਾ ਦੇਣੀ ਹੈ ਇਸ ਲੜ ਨੂੰ ਕਲਗੀ ਵਾਲਾ ਲੜ ਕਹਿੰਦੇ ਨੇ ਕਿਉਂਕਿ ਇਹ ਕਲਗੀ ਦੀ ਸ਼ੇਪ ਦੇ ਵਿੱਚ ਹੁੰਦਾ ਦੇਖ ਸਕਦੇ ਹੋ ਤੁਸੀਂ ਥੱਲੋਂ ਬਰੀਕ ਉੱਪਰ ਜਾ ਕੇ ਖੁੱਲਦਾ ਹੋਇਆ V ਸ਼ੇਪ ਦੇ ਵਿੱਚ ਲੜਨ ਤੋਂ ਬਾਅਦ ਉੱਪਰਲੀ ਸਾਈਡ ਜਿਹੜੀਆਂ ਆਪਾਂ ਨੇ ਪਿੰਨਾ ਦੇ ਨਾਲ ਇਸ ਲੜ ਨੂੰ ਟਿਕਾ ਦੇਣਾ ਤਾਂ ਕਿ ਜਾਂ ਤਾਂ ਇਹ ਲੜ ਢਿੱਲਾ ਨਾ ਹੋਵੇ ਖੁੱਲੇ ਨਾ ਤੇ ਹਲਕਾ ਹਲਕਾ ਉੱਪਰਲੀ ਜਿਹੜਾ ਟੂ ਫੁੱਲੇ ਨਾ ਪਿੰਨ ਲਗਾਉਣ ਦੇ ਨਾਲ ਆਪਣਾ ਇਹ ਲੜ ਬਿਲਕੁਲ ਮਜ਼ਬੂਤੀ ਦੇ ਨਾਲ ਪੱਕੇ ਪੱਕੇ ਤਰੀਕੇ ਨਾਲ ਲੱਗ ਜਾਵੇ ਇਹ ਤਾਂ ਅਕਸਰ ਵਟ ਹਲਕਾ ਹਲਕੇ ਉੱਪਰ ਪਿੰਨ ਨਾਲ ਮੈਂ ਸੈੱਟ ਕਰਕੇ ਪਿੰਨ ਲਾ ਤੀਕ 2 ਤੇ ਲਗਭਗ 3 ਤਿੰਨ ਪਿੰਨਾ ਮੈਂ ਉੱਪਰਲੀ ਸਾਈਡ ਯੂਜ਼ ਕਰਦਾ ਜਿਆਦਾਤਰ ਜੇ ਲੋੜ ਪਵੇ ਤਾਂ ਵੱਧ ਵੀ ਲਗਾ ਲੈਣਾ 3 ਤੋਂ 4 ਹੋ ਜਾਂਦੀ ਇਹਨੇ 4 ਤੋਂ 5 5 ਤੋਂ ਵੱਧ ਪਿੰਨਰ ਲਗਾਈਆਂ ਸੋਹਣੀਆਂ ਨਹੀਂ ਲੱਗਦੀਆਂ ਲਗਭਗ ਮੇਰੀਆਂ 3 ਤੋਂ 4 ਪਿੰਨਾ ਹੀ ਹੁੰਦੀਆਂ ਹਨ ਸ਼ੇਪ ਦੇਖ ਸਕਦੇ ਹੋ ਤੁਸੀਂ ਕਿੰਨੇ ਸੋਹਣੀਆਂ ਆ ਗਈਆਂ ਦਸਤਾਰ ਦੀ ਆਪਣੀ ਲਗਭਗ ਦਸਤਾਰ ਕੰਪਲੀਟ ਹੋ ਚੁੱਕੀ ਹੈ ਨੈਕਸਟ ਟਿਊਟੋਰੀਅਲ ਕਿਸ ਵੀਡੀਓ ਦਾ ਆਵੇ ਕਿਸ ਦਸਤਾਰ ਦਾ ਆਵੇ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਕੋਸ਼ਿਸ਼ ਹੋ ਸਕੇਗੀ ਕਿ ਉਸੇ ਤੇ ਟਿਊਟੋਰੀਅਲ ਅਪਲੋਡ ਕਰਾਂ ਹੁਣ ਆਪਾਂ ਲਗਾਉਣਾ ਹੈ ਬੈਕ ਸਾਈਡ ਤੇ ਸਫਾਈ ਕਰਨ ਤੋਂ ਬਾਅਦ ਆਪਾਂ ਲੂਪੀਆੜਾ ਲਗਾਵਾਂਗੇ ਜਿਹੜਾ ਆਪਾਂ ਲੜ ਮੂੰਹ ਤੇ ਫੜਿਆ ਹੋਇਆ ਹੈ ਬੈਕ ਸਾਈਡ ਤੇ ਲਿਜਾ ਕੇ ਬੈਕ ਸਾਈਡ ਦੇ ਵਿੱਚ ਹੀ ਟਾਕਿੰਗ ਕਰ ਦੇਣਾ ਇਸ ਲੜਨ ਨੂੰ ਤਿੰਨ ਤਰ੍ਹਾਂ ਹਾਫ ਹਾਫ ਦੋਵੇਂ ਸਾਈਡਾਂ ਤੋਂ ਫੋਲਡ ਕਰਕੇ ਸਾਫ਼ ਕਰਕੇ ਸ਼ੇਪ ਸੈੱਟ ਕਰਕੇ ਸਫਾਈ ਕਰਨੀ ਹੈ ਥੋੜੀ ਜੀ ਦੋਵੇਂ ਲੜਾਂ ਦੇ ਵਿਚਾਲੇ ਬਾਜ ਫੇਰ ਦੇਣਾ ਤਾਂ ਕਿ ਵਟ ਜਿਹੜੇ ਨੇ ਉਹ ਕਲੀਅਰ ਹੋ ਜਾਣ ਤੇ ਸ਼ੇਪ ਇੱਕ ਜਿਹੀ ਜਿਹੀ ਪਲੇਨ ਹੋ ਜਾਵੇ ਇਹ ਦੇਖ ਸਕਦੇ ਹੋ ਤੁਸੀਂ ਚਾਰ ਪਿੰਨਾ ਚਾਰ ਪਿੰਨਾ ਲਗਾਈ ਇਹਨਾਂ ਉੱਪਰਲੀ ਸ਼ਰਟ ਚੌਥੀ ਪਿੰਨਾ ਬਾਅਦ ਵਿੱਚ ਹੁਣ ਲਗਾਈ ਹੈ ਸੈਟ ਨਹੀਂ ਸੀਗਾ ਲੜ ਥੋੜਾ ਜਿਹਾ ਬੈਕ ਸਾਈਡ ਤੇ ਲੜ ਹਾਫ ਇੱਕ ਸਾਈਡ ਤੋਂ ਹਾਫ ਦੂਜੀ ਸਾਈਡ ਤੋਂ ਫੋਲਡ ਕਰਕੇ ਉੱਪਰਲੀ ਸਾਈਡ ਲਗਾ ਦੇਣਾ ਲੜ ਨੂੰ ਦਸਤਾਰ ਆਪਣੀ ਕੰਪਲੀਟ ਹੋ ਚੁੱਕੀ ਹੈ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਦੇਓ ਸੋ ਮਿਲਦੇ ਆਂ ਛੇਤੀ ਹੀ ਨੈਕਸਟ ਟਿਊਟੋਰੀਅਲ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ